ਅਸੀਂ ਪਹੁੰਚ ਗਏ ਹਾਂ ਗੁਜਰਾਂਵਾਲਾ ਦੇ ਵਿੱਚ। ਗੁਜਰਾਂਵਾਲਾ ਉਹ ਸ਼ਹਿਰ ਜਿਹੜਾ ਕਿ ਕਦੀ ਤਾਰੀਖ ਦੇ ਵਿੱਚ ਇੰਨਾ ਜ਼ਿਆਦਾ ਅਹਿਮੀਅਤ ਦਾ ਹਾਮਿਲ ਨਾ ਰਿਹਾ ਸੀ, ਲੇਕਿਨ ਜਿਸ ਤਰ੍ਹਾਂ ਹੀ ਮੁਗਲ ਪੀਰੀਅਡ ਆਉਂਦਾ ਹੈ ਔਰ ਮੁਗਲ ਨੂੰ ਅਰੂਜ ਮਿਲਦਾ ਹੈ ਅਤੇ ਇਸ ਇਲਾਕੇ ਨੂੰ ਆਇਡੈਂਟੀਫਿਕੇਸ਼ਨ ਮਿਲਣਾ ਸ਼ੁਰੂ ਹੋ ਜਾਂਦੀ ਹੈ ਇਹਦੇ ਲਾਗੇ ਲਾਗੇ ਦੇ ਹਦੂਦ ਦਰਬੇ ਦੇ ਹਵਾਲੇ ਦੇ ਨਾਲ, ਜਿਸ ਤਰ੍ਹਾਂ ਨਾਲਾ ਭਲਖੂ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਵਜ਼ੀਰਾਬਾਦ, ਵਜ਼ੀਰ ਖਾਨ ਨੇ ਜਿਹੜਾ ਸ਼ਹਿਰ ਵਸਾਇਆ ਸੀ। ਫਿਰ ਉਸ ਤੋਂ ਬਾਅਦ ਅੱਗੇ ਛੋਟਾ ਜਿਹਾ ਸ਼ਹਿਰ ਸੀ ਜਿਹਨੂੰ ਕਿ ਗੁਜਰਾਂਵਾਲਾ ਕਿਹਾ ਜਾਂਦਾ ਸੀ, ਜਿੱਥੇ ਕਿ ਗੁਜਰਾਂ ਦੀ ਆਬਾਦੀ ਜ਼ਿਆਦਾ ਸੀ, ਇਸ ਵਾਸਤੇ ਉਹਨੂੰ ਗੁਜਰਾਂਵਾਲਾ ਕਿਹਾ ਗਿਆ। ਉਸ ਗੁਜਰਾਂਵਾਲਾ ਦੇ ਵਿੱਚ ਆ ਕੇ ਮੁਖਤਲਿਫ ਜਗ੍ਹਾ ਤੋਂ ਜੱਟ ਪੰਜਾਬੀ ਦੂਸਰੇ ਸ਼ਹਿਰਾਂ 'ਚੋਂ ਆ ਕੇ ਵਸਣ ਲੱਗ ਪਏ ਔਰ ਇਹਦੀ ਰੌਣਕ ਵੱਧਦੀ ਗਈ ਔਰ ਇੱਕ ਵੱਡੇ ਸ਼ਹਿਰ ਦਾ ਸੂਰਤ ਅਖਤਿਆਰ ਕਰ ਗਿਆ ਔਰ ਇਹ ਜਗ੍ਹਾ ਫਿਰ ਮਰਕਜ਼ ਬਣੀ। ਮਿਸਲ ਜਿਹੜੀ ਸੀ ਸੁਕਰ ਚੱਕੀਆਂ ਦੀ, ਉਹਦਾ ਹੈੱਡਕੁਆਟਰ ਬਣਿਆ ਜਿਹੜਾ ਕਿ ਅੱਜ ਕੱਲ੍ਹ ਹਵੇਲੀ ਸਮਾਨ ਬੁਰਜ ਦੀ ਸੂਰਤ ਵਿੱਚ ਮੱਛੀ ਮੰਡੀ ਦੇ ਅੰਦਰ ਮੌਜੂਦ ਹੈ, ਜਿੱਥੇ ਕਿ ਬਰਥ ਪਲੇਸ ਹੈ ਮਹਾਰਾਜਾ ਰਣਜੀਤ ਸਿੰਘ ਦੀ। ਉੱਥੇ ਸਰਦਾਰ ਚਰਨ ਸਿੰਘ ਦਾ ਪੋਤਰਾ ਔਰ ਮਹਾਨ ਸਿੰਘ ਸੁਕਰ ਚੱਕੀਆਂ ਦਾ ਬੇਟਾ ਮਹਾਰਾਜਾ ਰਣਜੀਤ ਸਿੰਘ, ਜਿਹਨੇ ਕਿ ਪਹਿਲਾ ਟਾਈਟਲ ਦੁਨੀਆ ਦਾ ਆਪਣੇ ਨਾਮ ਦੇ ਨਾਲ ਰਾਜਿਆਂ ਤੋਂ ਮਹਾਰਾਜਾ ਦਾ ਲਕਬ ਜਿਹੜਾ ਯੂਜ਼ ਕੀਤਾ, ਉਹ 1791 ਦੇ ਵਿੱਚ 2 ਨਵੰਬਰ ਨੂੰ ਪੈਦਾ ਹੁੰਦਾ ਗੁਜਰਾਂਵਾਲਾ ਦੇ ਅੰਦਰ ਹਵੇਲੀ ਸਮਾਨਪੁਰਜ ਦੇ ਅੰਦਰ ਔਰ ਲਾਗੇ ਹੀ ਹਵੇਲੀ ਮੌਜੂਦ ਹੈ ਕੇਸਰਾ ਬਾਜ਼ਾਰ ਦੇ ਵਿੱਚ, ਪੁਰਖਾਂ ਦੀ ਹਵੇਲੀ ਜਨਰਲ ਹਰੀ ਸਿੰਘ ਨਲਵਾ ਜੀ ਦੀ। ਔਰ ਇਹ ਸਪੂਤ ਜਿਹੜੇ ਨੇ ਪੰਜਾਬ ਦੇ ਇੱਕ ਨਵੀਂ ਤਾਰੀਖ ਕਾਇਮ ਕਰਦੇ ਨੇ। ਆਓ ਅਤੇ ਤੁਹਾਨੂੰ ਫਿਰ ਲੈ ਚੱਲਦੇ ਹਾਂ ਜਨਰਲ ਹਰੀ ਸਿੰਘ ਨਲਵਾ ਜੀ ਦੀ ਹਵੇਲੀ 'ਚ ਔਰ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਹਵੇਲੀ ਮਹਾਰਾਜਾ ਰਣਜੀਤ ਸਿੰਘ ਔਰ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਨਾਲ ਹੀ ਸ਼ੇਰਾਂ ਵਾਲੇ ਬਾਗ ਦੀ ਔਰ ਸ਼ੇਰਾਂ ਵਾਲੀ ਬਾਰਾਦਰੀ ਦੀ ਔਰ ਮਹਾਨ ਸਿੰਘ ਸੁਕਰ ਚੱਕੀਆਂ ਦੀ ਜਿਹੜੀ ਹੈ ਸਮਾਧ ਹੈ ਔਰ ਗੁਜਰਾਂਵਾਲਾ ਦੀ ਹਿਸਟਰੀ ਦੇ ਮੁਤਲਕ ਕਿ ਗੁਜਰਾਂਵਾਲਾ ਦੇ ਵਿੱਚ ਕੀ ਕਿਸ ਤਰੀਕੇ ਨਾਲ ਬੀਤਿਆ, ਅਗਰ ਤੁਸੀਂ ਦੇਖਣਾ ਚਾਹੋ ਤਾਂ ਆਓ ਤੁਹਾਨੂੰ ਅਸੀਂ ਪੰਜਾਬ ਹੈਰੀਟੇਜ ਦਾਸਤਾਨ ਦੇ ਨਾਲ ਤੁਹਾਨੂੰ ਦਿਖਾਵਾਂਗੇ ਪੰਜਾਬ ਦੀ ਉਹ ਵਾਲੀ ਹਿਸਟਰੀ ਕਿ ਜਿਹੜੀ ਕਿ ਇੱਕ ਗਵਾਚਿਆ ਹੋਇਆ ਪੰਨਾ, ਇੱਕ ਫਾਟਿਆ ਹੋਇਆ ਪੰਨਾ ਜਿਹੜਾ ਕਿ ਡੋਨ ਫਾਲ ਆਫ ਮੁਗਲਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਔਰ ਟਿਲ ਬ੍ਰਿਟਿਸ਼ ਅੰਪਾਇਰ ਤੱਕ ਮੌਜੂਦ ਰਹਿੰਦੇ ਨੇ ਉਹਦੇ ਅਸਰਾਤ। ਅਤੇ ਚਲੋ ਫਿਰ ਦੇਖਦੇ ਹਾਂ ਅਸੀਂ ਇਹ ਤਮਾਮ ਤਵਾਰੀਖ ਜਿਹੜੀ ਕਿ ਪੰਜਾਬੀ ਰਾਜ ਦਾ ਸਬੱਬ ਬਣਦੀ ਹੈ, ਜਿਹੜਾ ਕਿ ਇੱਕ ਖਾਲਸਾ ਰਾਜ ਬਣਦਾ ਹੈ ਜਿਹਨੂੰ ਕਿ ਸਿੱਖਾ ਸ਼ਾਹੀ ਕਿਹਾ ਜਾਂਦਾ ਹੈ। ਆਓ ਅਤੇ ਤੁਹਾਨੂੰ ਫਿਰ ਲੈ ਚੱਲਦੇ ਹਾਂ ਅਸੀਂ ਪੰਜਾਬ ਦੀ ਇਸ ਫਰਟਾਈਲ ਲੈਂਡ ਜਿਹਨੂੰ ਕਿ ਕਬਜ਼ਾ ਕਰਨ ਵਾਸਤੇ ਸਦੀਆਂ ਤੋਂ ਲੋਕ ਸਿਕੰਦਰ ਆਜ਼ਮ ਤੋਂ ਲੈ ਕੇ ਔਰ ਅਬਦਾਲੀ ਤੱਕ ਹਰ ਬੰਦਾ ਉਸ ਜ਼ਮੀਨ ਨੂੰ ਕਬਜ਼ਾ ਕਰਨ ਵਾਸਤੇ ਆਇਆ ਜਿਹਦਾ ਨਾਮ ਸੀ ਪੰਜਾਬ, ਜਿਹਦਾ ਮਰਕਜ਼ ਸੀ ਗੁਜਰਾਂਵਾਲਾ ਬਣਿਆ ਔਰ ਉੱਥੋਂ ਉੱਠਿਆ ਇੱਕ ਪੰਜਾਬੀ ਸੂਰਮਾ ਜਿਹਨੇ ਟਾਈਟਲ ਲਿਆ ਮਹਾਰਾਜਾ ਦਾ, ਮਹਾਰਾਜਾ ਰਣਜੀਤ ਸਿੰਘ, ਜਿਹਨੇ ਜਾ ਕੇ ਆਪਣੀ ਸਲਤਨਤ ਕਾਇਮ ਕੀਤੀ ਲਾਹੌਰ ਦਰਬਾਰ ਦੇ ਉੱਤੇ। ਅਤੇ ਫਿਰ ਚੱਲਦੇ ਹਾਂ ਹਿਸਟਰੀ ਆਫ ਗੁਜਰਾਂਵਾਲਾ ਨੂੰ ਦੇਖਣ ਵਾਸਤੇ। ਜੀ ਮੈਂ ਪਹੁੰਚ ਗਿਆ ਵਾਂ ਜੈ ਪੈਦਾਇਸ਼ ਮੁਕਾਮ ਰਾਇਸ਼ ਉਹ ਸਰਦਾਰ ਹਰੀ ਸਿੰਘ ਨਲਵਾ 1791 AD ਦੇ ਵਿੱਚ ਇੱਥੇ ਪੈਦਾ ਹੁੰਦੇ ਨੇ ਔਰ 1837 ਦੇ ਵਿੱਚ ਇੱਥੇ ਉਹਨਾਂ ਦੀ ਜਿਹੜੀ ਡੈਥ ਹੈ ਉਹ ਜਾਂਦੀ ਹੈ ਜਮਰੋਦ ਫੋਰਟ ਦੇ ਉੱਤੇ। ਰੈਜੀਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1781 ਡੇਟ ਆਫ ਬਰਥ ਔਰ 1837 ਲੇਬਰ ਕੰਟੈਕਸ ਦੇ ਵਿੱਚ ਮਿਹਨਤ ਕਰਨ ਵਾਲੇ ਨੇ ਬੜੇ ਅੱਛੇ ਤਰੀਕੇ ਨਾਲ ਇਹ ਚੀਜ਼ਾਂ ਕੜੀਆਂ ਸਨ ਜਾਂ ਇਹਨਾਂ ਨੂੰ ਬਣਾਇਆ ਸੀ।
जनरल हरी सिंह नलवा, अगर लोग कुछ लोग नहीं जानते हैं कि जनरल हरी सिंह नलवा महाराजा रणजीत सिंह का मल्लेदार से ए नाल ही परले पास थोड़ी दूरी है, इतनी मच्छी मंडी है, टोटल दो मिनट के पैदल वॉक करते जाओ तो अगे जाके मछली मंडी आ जाती है और मछली मंडी के आ जाती है हवेली समान बुरज। समान बुरज जी हवेली है वो महान सिंह सुगर चकिया ने बनाई सी और ये मल्लेदार होने के एक ग्रेट पहलवान भी सी जिंद वजह न मैं तुम्हें पहले दस चुका वहाँ कि शेरा बाग के अंदर इन्होंने कसरत करते हुए इन्होंने चुने से और यह वो कमरा है, यह वो जगह है जिथे पंजाब का एडा वा जरनैल जी जिद सी एन एन बी बी सी ए आर वाई और आस्ट्रेलिया के चैनल जोड़े ने वीडियो डॉक्यूमेंट्रीज कर रहे हैं और उन्होंने मुतलक बहुत ज़्यादा सारे प्रोग्राम कर रहे हैं। ये उस जनरल हरी सिंह नलवा की पैदाइश मुकाम जगह और वो ही कमरा है। कहा जाता है कि जनरल हरी सिंह नलवा की जी बागगा है वो बहुत ज़्यादा खूबसूरत बागगा से बड़ी आरामदेह सी इस वास्ते कि जो जगो जदन तो वापस आता सी जिस वेले भी तो आके ऐसे ख्वाबगा दे विच आके क्योंकि शहर की सब तो उच्ची हवेली सी उस वेले और एदियां बारह दरी बनी हुई सी और बारह दरी के चारों पासों जिहड़ा सी वेंटीलेशन का बड़ा अच्छा क्रॉस सिस्टम सी लेकिन ड्राइव का स्कूल बन चुका जिहदी वजह नाल इत्थे डिफरेंट किस्म की मतलब कि समझ लो कि बच्चों पढ़ाई भी की जाती है और उस तो बाद इत्थे बहुत ज़्यादा सारे लोग काम जरूर वास्ते भी आते हैं। देखिया जाए पंजाब की तारीख के पन्ने जो जो खोले जा और पंजाब की तारीख को जो जो बयान किया जाता है तो वो अंग्रेज राज तो पहले पहले जिन्ना भी है वो कट किया जाता है उस समझ नहीं आती है कि हिस्ट्री को कट वट करके लोगों को मिलता है और तवारीख के पर पन्ने पढ़न के नाल की तारीख मिटा दी जा सकती है कदे भी इस तरह नहीं हो सकता। तारीख हमेशा याद रहती है और एक बार पलटा खा के दोबारा वो रूप मिलता है और कहते हैं कि तारीख हिस्ट्री रिपीट हिमसेल्फ है कभी लफज भुलना नहीं चाहिए। इस वास्ते सानू चाहिए कि पंजाब के कल्चर एंड हेरीटेज के अंदर जो जो चीज़ें उन्होंने प्रिजर्व करिए और उस तरह ख्याल रखिए कि जिस तरह कि एज बीइंग अ मुस्लिम जिस तरह से अपने कल्चर एंड हेरीटेज का जो ख्याल रखने हैं ऐसे तरह जी पहली सिविलाइजेशन गुजरिया ने या इस तो पहले जो मतलब गुजरे ने उन्होंने चीज़ों प्रिजर्व करना साड़ा हक है।